तेरे बता सबसे पहले आप सबको स्वतंत्रता दिवस की लाख लाख बधाई हो। स्वतंत्रता दिवस के अवसर पर राष्ट्रीय अनुसूचित जाति आयोग के अध्यक्ष श्री विजय सांपला ने शाहपुर के श्री गुरु तेग बहादुर पार्क में राष्ट्रीय ध्वज लहराया तथा इस मौके पर पुलिस की टुकड़ी से उन्होंने सलामी ली। इस मौके पर सजीव तलवार व नीति तलवार की अगुवाई में सांस्कृतिक कार्यक्रम प्रस्तुत किए गए तथा श्री विजय सांपला ने गणमान्य व्यक्तियों को व स्कूली बच्चों को स्मृति चिन्ह देकर सम्मानित किया। होगी चिरागों को जलाए रखना, लहू देकर की है हिफाजत जिससे हमने लहू देकर की है जिसकी हिफाजत हमने, ऐसे तिरंगे को हमेशा अपने दिल में बसाए रखना, ऐसे तिरंगे को हमेशा अपने दिल में बसाए रखना। याद उन्हें भी कर लो, कुछ याद उन्हें भी कर लो, जो सरस्वत भूपेंद्र खुल्लर जी, वार्ड नंबर 4 डेवलपमेंट सोसायटी के अध्यक्ष मदन जी, सरप्रस्त
ਤੁਸੀਂ ਨੈਗੇਟਿਵ ਅਪਰੋਚ ਨਹੀਂ ਕੀਤੇ। ਅੱਜ ਤੱਕ ਤੁਸੀਂ ਅਖਬਾਰਾਂ 'ਚ ਵਿਜੇ ਸਾਂਪਲਾ ਜੀ ਦਾ ਜਾਂ ਉਹਨਾਂ ਦੀ ਟੀਮ ਦਾ ਜਾਂ ਸਾਥੀਆਂ ਦਾ ਪੋਜ਼ਿਟਿਵ ਤਰੀਕੇ ਨਾਲ ਕੰਮ ਕਰਨ ਦਾ ਰੁਝਾਨ ਤਾਂ ਦੇਖਿਆ ਹੋਏਗਾ, ਕਦੀ ਨੈਗੇਟਿਵ ਨਹੀਂ ਦੇਖਿਆ। ਸੋ ਜੇ ਅਜਿਹੇ ਸੱਜਣ ਦੀ ਢਾਲ ਬਣ ਕੇ ਜਿੱਥੇ ਸਾਡੇ ਨਾਲ ਖੜੇ ਆ, ਤੁਸੀਂ ਵੀ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਨੂੰ ਕਹਿੰਦੇ ਹੁੰਦੇ ਕਿ ਬਹੁਤ ਨੂੰ ਆਸ਼ੀਰਵਾਦ ਜੋ ਅੱਗੇ ਵੱਧਦਾ। ਮੈਂ ਹੁਣ ਬੇਨਤੀ ਕਰਾਂਗਾ ਸਾਥੀਆਂ ਦੀਆਂ ਕਿ ਇਹ ਤਾੜੀਆਂ ਜ਼ਰੂਰ ਸਾਰੇ ਮਾਰ ਲਈ ਹੈ। ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਤੇ ਆਪਣੇ ਸਜ਼ਾਵਾਂ ਨਿਭਾ ਚੁੱਕੇ ਇਸ ਅਫਸਰ ਪਰ ਵਿਜੇ ਸਾਪਲਾ ਨੇ ਇਸ ਕੰਗ ਕਮਿਸ਼ਨਰ ਐਕਸਾਈਜ਼ ਕੋ ਸਮ੍ਰਿਤੀ ਚਿੰਨ੍ਹ ਦੇ ਕਰ ਸਨਮਾਨਿਤ ਕੀਆ। ਮੈਂ ਸੁਸਾਇਟੀ ਦੇ ਮੈਂਬਰਾਂ ਨੂੰ ਸਨਮਾਨ ਦੀ ਬੇਨਤੀ ਕਰਾਂਗਾ ਔਰ ਇਸ ਤੋਂ ਬਾਅਦ ਸਾਪਲਾਈ ਦੇ ਸੰਬੋਧਨ ਤੋਂ ਬਾਅਦ ਸਾਰੇ ਜਣੇ ਭੋਜਨ ਲਵਾਂਗੇ। ਮੈਂ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਪਹਿਲਾਂ ਆਪਾਂ ਜ਼ਰੂਰ ਭੋਜਨ ਕਰਨ ਦਈਏ, ਬਾਕੀ ਸਾਰੇ ਜਣੇ। ਸ੍ਰੀਮਤੀ ਤਲਵਾਰ ਜੀ, ਜੰਡਾ ਜੀ, ਸੱਭਿਆਚਾਰਕ ਮੰਚ ਤੋਂ ਅਵਤਾਰ ਸਿੰਘ ਕੰਗ ਜੀ, ਔਰ ਅੱਜ ਸਾਡੇ ਨਾਲ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕੀਤਾ, ਜਿਨ੍ਹਾਂ ਨੇ ਕਾਰਗਿਲ ਦੀ ਲੜਾਈ ਦੇ ਵਿੱਚ ਸੇਵਾਵਾਂ ਵੀ ਨਿਭਾਈਆਂ, ਔਰ ਇਹ ਸਾਰੇ ਅੱਜ ਉਹਨਾਂ ਨੂੰ ਜਦੋਂ ਸਨਮਾਨਿਤ ਕਰਦੇ ਹਾਂ, ਇੱਕ ਆਪਣੇ ਆਪ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਅਨੁਭਵ ਵੀ ਹੁੰਦਾ ਕਿ ਜਿਨ੍ਹਾਂ ਨੇ ਦੇਸ਼ ਦੇ ਲਈ ਗੋਲੀ ਖਾਧੀ ਔਰ ਅੱਜ ਉਹ ਸਾਡੇ 'ਚ ਇੱਥੇ ਸਾਡੇ 'ਚ ਸ਼ਾਮਿਲ ਆ, ਔਰ ਉਹ ਕਈ ਤਾਂ ਉਸ ਚੀਜ਼ ਨੂੰ ਤਸੱਵਰ ਕਰਕੇ ਉਸ ਤਰ੍ਹਾਂ ਦਾ ਇਮੈਜਿਨ ਕਰਕੇ ਹੀ ਆਪਣੇ ਆਪ 'ਚ ਬੜੇ ਰੌਂਗਟੇ ਖੜੇ ਹੁੰਦੇ ਆ ਜਦੋਂ ਸਾਡੇ 'ਚ ਕੋਈ ਐਸਾ ਵਿਅਕਤੀ ਜਿਹੜਾ ਜੰਗ ਜਿੱਤ ਕੇ ਆਇਆ ਹੋਵੇ ਉਹਨੂੰ ਸਨਮਾਨਿਤ ਕਰੀਏ ਤਾਂ ਬੜਾ ਖੁਸ਼ੀ ਹੁੰਦੀ ਹੈ। ਮੱਲਾਂ ਮਾਰੀਆਂ ਜੋ ਉਹਦੇ 'ਤੇ ਬਹੁਤ ਵੱਡਾ ਵਿਆਖਿਆ ਤੁਸੀਂ ਦੇਸ਼ੀ ਅਫਸਰ ਨੂੰ ਉੱਥੇ ਰੱਖੀ ਉਸਤੇ ਉਹਨਾਂ ਨੇ ਆਪਣੀ ਭਾਸ਼ਾ 'ਚ ਬਹੁਤ ਕੁਛ ਕਿਹਾ। ਸਰ, ਅੱਜ ਦੇ ਆਜ਼ਾਦੀ ਦਿਵਸ 'ਤੇ ਅੱਜ ਦੇਸ਼ ਦੀ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਦੇ ਉੱਤੇ ਮੈਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਔਰ ਅੱਜ ਜਿਹਨਾਂ ਦੇਸ਼ ਵਾਸੀਆਂ ਨੇ, ਜਿਹਨਾਂ ਸ਼ਹੀਦਾਂ ਨੇ ਔਰ ਜਿਹਨਾਂ ਨੇ ਜਾਂ ਬਾਜਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦਿਆਂ ਇੱਕ ਲੰਬਾ ਸਮਾਂ ਜਿਹੜਾ ਗੁਜ਼ਾਰਿਆ ਔਰ ਉਹਦੇ 'ਚ ਆਪਣੀਆਂ ਜਾਨਾਂ ਇਸ ਕਰਕੇ ਕੁਰਬਾਨ ਕਰਤੀਆਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਦੇ ਲਈ ਅਸੀਂ ਇੱਕ ਸੁਖਾਵਾਂ ਮਾਹੌਲ ਤਿਆਰ ਕਰਾਂ, ਔਰ ਉਹ ਇਸ ਚੀਜ਼ ਦੀ ਪਰਵਾਹ ਕੀਤੇ ਬਿਨਾਂ ਇਹਦਾ ਸਾਨੂੰ ਕੀ ਲਾਭ ਹੋਏਗਾ ਇਹ ਉਹਨਾਂ ਨੇ ਨਹੀਂ ਸੋਚਿਆ। ਅੱਜ ਵੀ ਦੇਸ਼ ਦੇ ਬਾਰਡਰ ਦੇ ਉੱਤੇ ਬੈਠਾ ਫੌਜੀ ਜਿਹੜਾ ਆ ਉਹ ਇਸ ਬਾਰੇ ਨਹੀਂ ਸੋਚਦਾ ਕਿ ਮੇਰਾ ਕੀ ਹੋਏਗਾ, ਮੇਰੇ ਪਰਿਵਾਰ ਦਾ ਕੀ ਹੋਏਗਾ, ਉਹ ਹਮੇਸ਼ਾ ਇਹ ਸੋਚਦਾ ਕਿ ਮੇਰੇ ਦੇਸ਼ ਦੀ ਰੱਖਿਆ ਲਈ ਮੈਂ ਕੀ ਕਰਨਾ। ਸੋ ਅੱਜ ਇਹਨਾਂ ਸਾਰੇ ਸ਼ਹੀਦਾਂ ਨੂੰ ਜਿਹੜਾ ਅਸੀਂ ਯਾਦ ਕਰਦੇ ਹਾਂ ਔਰ ਉਹਨਾਂ ਨੂੰ ਜਿੱਥੇ ਅਸੀਂ ਯਾਦ ਕਰਦੇ ਹਾਂ ਉੱਥੇ ਅਸੀਂ ਇਹ ਪ੍ਰਣ ਵੀ ਕਰਦੇ ਹਾਂ ਕਿ ਅਸੀਂ ਵੀ ਆਪਣਾ ਯੋਗਦਾਨ ਦੇਸ਼ ਦੀ ਆਜ਼ਾਦੀ ਵਿੱਚ ਕਿਸੇ ਨਾ ਕਿਸੇ ਰੂਪ 'ਚ ਪਾਈਏ। ਉਹ ਘਰ ਬੈਠੇ ਵੀ ਆਪਣਾ ਕੁਛ ਨਾ ਕੁਛ ਕਰ ਸਕਦੇ ਪ੍ਰਚਾਰ 'ਚ, ਉਹ ਸਮਾਜਿਕ ਕੰਮਾਂ ਨੂੰ ਕਰਦੇ ਹੋਏ ਵੀ ਆਪਣੀ ਵਪਾਰਿਕ ਦ੍ਰਿਸ਼ਟੀ ਨਾਲ ਇਮਾਨਦਾਰੀ ਨਾਲ ਕਰਦੇ ਹੋਏ ਵੀ ਦੇਸ਼ ਦੀ ਆਜ਼ਾਦੀ 'ਚ ਦੇਸ਼ ਦੀ ਉੱਨਤੀ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ, ਕਿਉਂਕਿ ਜੇ ਵਪਾਰ ਵਧੇਗਾ, ਰੁਜ਼ਗਾਰ ਵਧੇਗਾ ਤਾਂ ਵੀ ਦੇਸ਼ ਤਰੱਕੀ ਕਰੇਗਾ। ਸੋ ਆਉਣ ਵਾਲਿਆਂ ਲਈ ਅੱਛਾ ਮਾਹੌਲ ਤਿਆਰ ਕਰੀਏ, ਇਹ ਸਾਡਾ ਫਰਜ਼ ਬਣਦਾ। ਪਰ ਜਿੱਥੇ ਅਸੀਂ ਦੇਖਦੇ ਹਾਂ ਕਿ ਅੱਜ ਸਮਾਜ ਦੇ ਵਿੱਚ ਅਸੀਂ ਦੇਖਦੇ ਹੋਏ ਕਿ ਸਮਾਜ ਜਦੋਂ ਅਸੀਂ ਦੇਖਦੇ ਹਾਂ ਕਿ ਅੱਛਾ ਪਰਿਆਵਰਣ ਨਹੀਂ, ਅੱਛਾ ਪਾਣੀ, ਦੂਸ਼ਿਤ ਪਾਣੀ ਦਾ ਸਾਨੂੰ ਸੇਵਨ ਕਰਨਾ ਪੈਂਦਾ, ਔਰ ਉੱਥੇ ਹੀ ਜਿਹੜਾ ਮਹਿਲਾ ਅਤੇ ਪੁਰਸ਼ਾਂ ਦੇ ਵਿੱਚ ਆ ਰਿਹਾ ਲਿੰਗ ਅਨੁਪਾਤ ਨੂੰ ਦੇ ਉੱਤੇ ਵੀ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ, ਤਾਂ ਕਿ ਇਹ ਜੇ ਇਹਨਾਂ ਦੇ ਉੱਤੇ ਅਸੀਂ ਅੱਜ ਕੰਮ ਕਰਾਂਗੇ ਤਾਂ ਇਹ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਇਹਦਾ ਇਫੈਕਟ ਪਵੇਗਾ। ਸੋ ਅਸੀਂ ਪਰਿਆਵਰਣ ਦੀ ਸੰਭਾਲ ਲਈ ਰੁੱਖ ਲਗਾਈਏ ਔਰ ਜਿਹੜੇ ਆਪਣੇ ਬੱਚਿਆਂ ਦਾ ਲਿੰਗ ਅਨੁਪਾਤ ਜਿਹੜਾ ਠੀਕ ਕਰਨ ਦੇ ਲਈ ਉਹਦੇ ਉੱਤੇ ਵੀ ਜਿਹੜਾ ਮਹਿਲਾਵਾਂ ਦਾ ਵੀ ਸਤਿਕਾਰ ਕਰੀਏ, ਬੇਟੀ ਬਚਾਓ ਬੇਟੀ ਪੜ੍ਹਾਓ ਦੇ ਉੱਤੇ ਵੀ ਕਰੀਏ, ਔਰ ਜਿਹੜਾ ਤੀਸਰਾ ਜਿਹੜਾ ਪਾਣੀ ਦੂਸ਼ਿਤ ਕਰ ਰਹੇ ਉਹਦੀ ਵੀ ਸੰਭਾਲ ਜਿਹੜੀ ਸਾਨੂੰ ਮਿਲ ਕੇ ਕਰਨੀ ਚਾਹੀਦੀ ਹੈ। ਸੋ ਅਸੀਂ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਦਿਆਂਗੇ, ਜਨਰੇਸ਼ਨ ਹੋਏਗੀ ਤਾਂ ਹੀ ਆਜ਼ਾਦੀ ਦਾ ਕੋਈ ਲਾਭ ਹੋਏਗਾ, ਅਨਥਾ ਜਨਰੇਸ਼ਨ ਨਾ ਹੋਈ ਤਾਂ ਉਹਦਾ ਆਜ਼ਾਦੀ ਦਾ ਵੀ ਕੋਈ ਮਾਇਨੇ ਖਤਮ ਹੋ ਜਾਂਦੇ ਨੇ। ਸੋ ਅੱਜ ਦੇ ਇਸ ਮੌਕੇ ਦੇ ਉੱਤੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦਾ ਨਾਂ ਉੱਚਾ ਵਿਸ਼ਵ ਦੇ ਵਿੱਚ ਕੀਤਾ, ਉੱਥੇ ਸਾਨੂੰ ਸਾਰਿਆਂ ਨੂੰ ਵੀ ਰਲ ਕੇ ਆਪਣਾ ਸਹਿਯੋਗ ਵੀ ਦੇਣਾ ਚਾਹੀਦਾ। ਇਹਨਾਂ ਸਾਰੀਆਂ ਸ਼ੁਭਕਾਮਨਾਵਾਂ ਦੇ ਨਾਲ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਜੈ ਹਿੰਦ।